ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਹੀ ਕਿਸਾਨਾਂ ਨੂੰ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਉੱਤੇ ਖਾਦਾਂ ਪਾਉਣ ਦੀ ਸਿਫਾਰਿਸ਼ ਕਰਦੀ ਹੈ। ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਉੱਤੇ ਖਾਦਾਂ ਪਾਉਣ ਦੇ ਨਾਲ ਕਿਸਾਨਾਂ ਦੇ ਫਸਲ ਦੇ ਝਾੜ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਮੁਨਾਫਾ ਵੀ ਵੱਧਦਾ ਹੈ। ਜੇਕਰ ਅਸੀਂ ਫਾਸਫੋਰ ਤੱਤ ਵਾਲੀ ਖਾਦ ਜਿਵੇਂ ਕਿ ਡੀਏਪੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਕੋਲੋਂ ਲਗਾਤਾਰ ਇਸ ਦੀ ਵਰਤੋਂ ਨਾਲ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਫਾਸਫੋਰ ਤੱਤ ਦੀ ਸਥਿਤੀ ਜਿਹੜੀ ਬਹੁਤ ਵੱਧ ਰਹੀ ਹੈ ਅਤੇ ਪੰਜਾਬ ਦੀਆਂ ਜ਼ਮੀਨਾਂ 30% ਦੀ ਜ਼ਮੀਨਾਂ ਜਿਹੜੀਆਂ ਉਹ ਫਾਸਫੋਰਸ ਵਿੱਚ ਬਹੁਤ ਹੀ ਜ਼ਿਆਦਾ ਸ਼੍ਰੇਣੀ ਦੇ ਵਿੱਚ ਹਨ, ਜਦਕਿ 30% ਦੀ ਜ਼ਮੀਨਾਂ ਜਿਹੜੀਆਂ ਜ਼ਿਆਦਾ ਅਤੇ 19% ਦੀ ਜ਼ਮੀਨਾਂ ਜਿਹੜੀਆਂ ਵਾ ਉਹ ਦਰਮਿਆਨੀ ਸਥਿਤੀ ਦੇ ਵਿੱਚ ਹਨ। ਮਿੱਟੀ ਪਰਖ ਰਿਪੋਰਟ ਦੇ ਵਿੱਚ ਫਾਸਫੋਰਸ ਵਾਲੀ ਖਾਦ ਦੀ ਸਿਫਾਰਿਸ਼ ਮਿੱਟੀ ਦੇ ਵਿੱਚ ਫਾਸਫੋਰਸ ਤੱਤ ਦੀ ਅਤੇ ਮਿੱਟੀ ਦੇ ਵਿੱਚ ਦੇ ਜੈਵਿਕ ਕਾਰਬਨ ਦੇ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ। ਇਸ ਦੇ ਨਾਲ ਕਿਸਾਨ 25% ਤੋਂ ਲੈ ਕੇ 50% ਤੱਕ ਖਾਦ ਦੀ ਬਚਤ ਕਰ ਸਕਦੇ ਹਨ ਅਤੇ ਝਾੜ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ। ਬਹੁਤ ਜ਼ਿਆਦਾ ਫਾਸਫੋਰਸ ਸ਼੍ਰੇਣੀ ਵਾਲੀਆਂ ਜ਼ਮੀਨਾਂ ਦੇ ਵਿੱਚ ਯੂਨੀਵਰਸਿਟੀ ਫਾਸਫੋਰਸ ਵਾਲੀ ਖਾਦ ਪਾਉਣ ਦੀ ਸਿਫਾਰਿਸ਼ ਨਹੀਂ ਕਰਦੀ। ਜੇਕਰ ਜ਼ਮੀਨ ਦੇ ਵਿੱਚ ਫਾਸਫੋਰਸ ਤੱਤ ਦੀ ਸਥਿਤੀ ਦਰਮਿਆਨੀ ਤੋਂ ਬਹੁਤ ਜ਼ਿਆਦਾ ਤੱਕ ਹੈ ਅਤੇ ਹਾੜੀ ਦੀ ਫਸਲ ਜਿਵੇਂ ਕਣਕ ਨੂੰ ਫਾਸਫੋਰਸ ਪੂਰੀ ਫਾਸਫੋਰਸ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਸਾਉਣੀ ਦੀ ਫਸਲ ਜਿਵੇਂ ਝੋਨੇ ਦੇ ਵਿੱਚ ਫਾਸਫੋਰਸ ਪਾਉਣ ਦੀ ਜ਼ਰੂਰਤ ਨਹੀਂ। ਸਾਉਣੀ ਦੀ ਫਸਲ ਦੇ ਵਿੱਚ ਤਾਪਮਾਨ ਜ਼ਿਆਦਾ ਹੋਣ ਕਰਕੇ ਜਿਹੜਾ ਕਿ ਫਾਸਫੋਰਸ ਖਾੜੀ ਦੀ ਫਸਲ ਨੂੰ ਪਾਇਆ ਹੈ ਉਹ ਵੀ ਫਸਲ ਨੂੰ ਮਿਲ ਜਾਂਦਾ ਹੈ ਅਤੇ ਇਸ ਕਰਕੇ ਫਸਲ ਨੂੰ ਫਾਸਫੋਰਸ ਦੀ ਖਾਦ ਪਾਉਣ ਦੀ ਜ਼ਰੂਰਤ ਨਹੀਂ। ਮੈਂ ਉਮੀਦ ਕਰਦਾ ਹਾਂ ਕਿ ਕਿਸਾਨ ਵੀਰ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਖਾਦਾਂ ਦੀ ਵਰਤੋਂ ਕਰਕੇ ਨਾ ਸਿਰਫ ਆਪਦਾ ਮੁਨਾਫਾ ਵਧਾਉਣਗੇ ਸਗੋਂ ਇਸ ਦੇ ਨਾਲ ਵਾਧੂ ਖਾਦਾਂ ਦੀ ਵਰਤੋਂ ਦੇ ਨਾਲ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਣਗੇ। ਧੰਨਵਾਦ।